ਕਿਉਂਕਿ ਕੋਈ ਦੂਜਾ ਉਹ ਕੈਸਾ ਮਾਲਕ ਹੈ। ਬਾਦਸ਼ਾਹ ਫਰਮਾਉਂਦੇ ਨੇ ਅਨਕ ਜਨਮ ਬਹੁਤ ਜੋਨੀ ਭਰਮਿਆ ਬਹੁਤ ਬਹੁਤ ਦੁੱਖ ਪਾਇਆ। ਹੀ ਮੇਰੀ ਪਰਵਦਗਾਰ ਅਨੇਕ ਜਨਮਾਂ ਕਰਕੇ ਬੜੀਆਂ ਜੂਨੀਆਂ ਵਿੱਚ ਜੀਵ ਭਰਮਿਆ ਕਿਉਂਕਿ ਇਹ ਮਨੁੱਖ 84 ਲੱਖ ਜੂਨ ਦਾ ਬਾਦਸ਼ਾਹ ਹੈ। ਅਨੇਕਾਂ ਜਨਮ ਪਾਏ ਨੇ, ਕਈਆਂ ਦੇ ਉਹ ਜਨਮਾਂ ਦੇ ਸੰਸਕਾਰ ਮਿਟਦੇ ਹੀ ਨਹੀਂ। ਸੁਤੇ ਆਪਾਂ ਕਹਿ ਵੀ ਦਿੰਦੇ ਹਾਂ ਇਹ ਪੁਰਸ਼ ਤਾਂ ਪਸ਼ੂਆਂ ਵਰਗਾ ਮਤ ਪਸ਼ੂਆਂ ਵਰਗੀ, ਕਿਉਂਕਿ ਪਸ਼ੂ ਜੂਨੀ ਵਿੱਚੋਂ ਆਇਆ। ਸਤਿਗੁਰਾਂ ਦੇ ਵਚਨ ਵੀ ਨੇ, ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ, ਕਿਉਂਕਿ ਅਨੇਕਾਂ ਜਨਮ ਪਾਏ ਆਏ। ਅਨਕ ਜਨਮ ਬਹੁਤ ਜੋਨੀ ਭਰਮਿਆ ਬਹੁਤ ਬਹੁਤ ਦੁੱਖ ਪਾਇਆ, ਬੜਾ ਦੁੱਖ ਪਾਇਆ, ਕਿਉਂਕਿ ਇਹਨਾਂ ਜੁਨੀਆਂ ਵਿੱਚ ਦੁੱਖ ਹੀ ਦੁੱਖ ਨੇ। ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਦੇਹੋ ਦਰਸ ਹਰ ਰਾਇਆ। ਹੀ ਮੇਰੀ ਪਰਵਰਗਾਰ ਗੁਰੂ ਨਾਨਕ, ਹੀ ਹਰੀ ਰਾਜਾ, ਆਪ ਦੀ ਕਿਰਪਾ ਤੇਰੀ ਬਖਸ਼ਿਸ਼ ਰਹਿਮਤ ਹੋਈ, ਸੁੰਦਰ ਮਨੁੱਖਾਂ ਜਨਮ ਮਿਲ ਗਿਆ। ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ, ਤੇਰੀ ਕਿਰਪਾ ਦੇ ਨਾਲ ਮਨੁੱਖਾਂ ਦੇਹੀ ਮਿਲ ਗਈ। ਦੇਹੋ ਦਰਸ ਹਰ ਰਾਇਆ, ਹੁਣ ਦਦਾਰ ਦਰਸ਼ਨ ਦੇ। ਕਹੇ ਤੂੰ ਜੁਨੀਆਂ ਵਿੱਚ ਕਿਉਂ ਭਰਮਿਆ, ਜੁਨੀਆਂ ਵਿੱਚ ਕਿਉਂ ਭਰਮਿਆ? ਪਾਤਸ਼ਾਹ ਫਰਮਾਉਂਦੇ ਨੇ, ਸੋਈ ਹੋਆ ਜੋ ਤੇ ਸੁਭਾਣਾ ਅਵਰ ਨਾ ਕਿੰਨਹੀ ਕੀਤਾ। ਹੀ ਬਿਰੀ ਚੋ ਜੀ ਪ੍ਰੀਤਮ ਵਾਹਿਗੁਰੂ, ਜਿਸ ਤੈਨੇ ਸਾਜਿਆ ਤੇ ਤੈਨੂੰ ਜੋ ਪਾਉਂਦਾ ਸੋਈ ਹੋਇਆ, ਕਿਸੇ ਨੇ ਨਹੀਂ ਕੀਤਾ। ਜੀਵ ਤਾਂ ਪ੍ਰਤੰਤਰ ਹੈ ਪਾਤਸ਼ਾਹ, ਕਰਨ ਖਾਰ ਤਾਂ ਤੂੰ ਹੀ। ਸੋਈ ਹੋਆ ਜੋ ਤਿਸ ਭਾਣਾ, ਕਿਉਂਕਿ ਚੋਜੀ ਪ੍ਰੀਤਮ ਇਹ ਚੋਜ ਕਰ ਕਰਕੇ ਦੇਖਦਾ ਹੈ। ਆਮ ਹੀ ਉਸ ਮਾਲਕ ਨੇ ਪੰਜਾਂ ਤੱਤਾਂ ਦੇ ਜ਼ਰੀਏ ਸੁੰਦਰ ਤਨ ਬਣਾਇਆ। ਅੰਡਜ ਜੇਰਜ ਸੇਤਜ ਉਤਪਜ, ਚਾਰ ਖਾਣੀਆਂ ਦੇ ਜੀਵ ਰਜੇ ਨੇ ਪਰਮੇਸ਼ਰ ਨੇ। ਉਸਦੇ ਭਾਣੇ ਵਿੱਚ ਨੇ ਸਾਰੇ ਹੁਕਮ ਵਿੱਚ ਨਹੀਂ, ਕਿਉਂਕਿ ਜੀਵ ਸੁਤੰਤਰ ਨਹੀਂ ਹੈ, ਆਜ਼ਾਦ ਨਹੀਂ ਹੈ, ਪਤੰਤਰ ਹੈ, ਅਧੀਨ ਹੈ ਉਸ ਪਰਮੇਸ਼ਰ ਪਰਵਦਗਾਰ ਦੀ। ਪਾਤਸ਼ਾਹ ਫਰਮਾਉਂਦੇ ਨੇ, ਕਿਸੇ ਨੇ ਨਹੀਂ ਕੀਤਾ, ਜੀਵ ਪਤੰਤਰ ਜੋ ਤੈਨੂੰ ਪਾਇਆ ਪ੍ਰਭੂ ਉਹ ਹੋਇਆ ਹੋਇਆ। ਸੋਈ ਹੋ ਗਏ, ਕਿਉਂਕਿ ਹੋਣਾ ਉਹੀ ਜੋ ਪਰਮੇਸ਼ਰ ਨੂੰ ਹੋਣਾ। ਤੁਮਰੈ ਪਾਣੈ ਪਰਮ ਮੋਹਿ ਮੋਹਿਆ ਜਾਗਤ ਨਾਹੀਂ ਸੂਤਾ। ਤੇਰੇ ਹੁਕਮ ਦੇ ਵਿੱਚ ਪਰਵਦਗਾਰ ਪਰਮ ਮੋਹ ਦਾ ਮੋਹਿਆ ਹੋਇਆ, ਜੈਸਾ ਅਵਿਦਿਆ ਨਿੰਦਰਾ ਵਿੱਚ ਸੁੱਤਾ ਪਿਆ ਇਹ ਭਰਮ ਤੇਰਾ ਪਾਇਆ। ਗਿਆਨ ਜਗਤ ਦੇ ਵਿੱਚ ਨਹੀਂ ਜਾਗਦਾ, ਕਿਉਂਕਿ ਤੂੰ ਮਾਇਆ ਪਾ ਦਿੱਤੀ ਹੈ, ਇਹ ਮਾਇਆ ਵੀ ਤੇਰੀ ਹੈ। ਮਾਹਾ ਮਾਇਆ ਤਾਂ ਕੀ ਹੈ ਛਾਇਆ, ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਹੋਇਆ ਤਾਂ ਤੇਰੇ ਹੁਕਮ ਦੇ ਵਿੱਚ ਬੰਦੀ ਹੋਈ ਹੈ। ਜਿਵੇਂ ਸੁਖਦੇਵ ਮੁਨੀ ਜੀ ਨੇ ਜਨਮ ਲਿਆ, ਪ੍ਰਭੂ ਨੇ ਮਾਇਆ ਰੋਕ ਲਈ, ਕਿਉਂਕਿ ਮਾਇਆ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਤੁਮਰੈ ਭਾਣੈ ਭਰਮ ਮੋਹਿ ਮੋਹਿਆ ਜਾਗਤ ਨਾਹੀਂ ਸੂਤਾ। ਤੇਰੀ ਹੁਕਮ ਦੇ ਵਿੱਚ ਭਰਮ ਤੇ ਮੋਹ ਦਾ ਮੋਹਿਆ ਹੋਇਆ, ਐਸਾ ਅਵਿਦਿਆ ਨਿੰਦਰਾ ਵਿੱਚ ਸੁੱਤਾ ਕਿ ਗਿਆਨ ਜਗਤਰ ਵਿੱਚ ਜਾਗਦਾ ਹੀ ਨਹੀਂ। ਬਿਨੋ ਸੁਣੋ ਤੁਮ ਪ੍ਰਾਨ ਪਤ ਪਿਆਰ ਕਿਰਪਾ ਨਿਧ ਦਇਆਲਾ। ਹੀ ਪ੍ਰਾਣਪਤੀ ਮੇਰੇ ਗੁਰੂ ਨਾਨਕ ਵਾਹਿਗੁਰੂ, ਹੇ ਪਿਆਰੇ ਕਿਰਪਾ ਨਾਮ ਦਿਆਲੂ ਕਿਰਪਾਲੋ, ਮੇਰੀ ਬੇਨਤੀ ਸੁਣੋ।
राख लियो पिता प्रभ मेरे अनाथ कर प्रतपाला। ही दी दीन दुनिया दे सृजनहार मेरे वाहे गुरु, ही मेरे पिता कृपालो, मैं अनाथ दी प्रति पालना करो, क्योंकि अनाथ था तू न्यासरियां दा आसरा है, अनाथां दा अनाथ है, ओटियां दी ओट ने गत्तियां दी गत ने पत्तियां दी पत्त करन वाला तू मालिक है। जन्म ते मरण तो परमेश्वर मेरे वाहे गुरु रख लवो, राख ले हो पिता प्रभ मेरे, क्योंकि वास्तव ते अपना माता पिता परमेश्वर ही है, क्योंकि सज्जन वाला भी ओ एक नूर ते सब जग उपजया, परमेश्वर ने सजया। राख ले हो पिता प्रभ मेरे, ही मेरे पिता मेनू रख लै, राखो अपनी सरण प्रभ मोहे कृपा दाते। जिसना तुम्हें दिखायो दर्शन, साध संगत कै पाछ। ही मेरी परवरगा जिसनू तुसा ने दर्शन दिखाया दीदार दिता, तू साध संगत दे पिछे आसरी करके दिखाया, क्योंकि तेरा नियम ए मर्यादा है, तू संगत दे जरिए मिलदा है, बिच संगत हर प्रभ वसै जियो। कर कृपा तूर देहो संतन की, सुख नानक एहो वांछै। ਕੀ ਮੇਰੀ ਪਰਵਰਗਾਰ ਮੈਂ ਇਹ ਸੁਖ ਰੂਪ ਜਾਣ ਕੇ ਚਾਹੁੰਦਾ ਹਾਂ, ਇਹ ਮੰਗ ਮੰਗਦਾ ਹਾਂ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਆਪਣੀਆਂ ਜਨਾਂ ਸੰਤਾਂ ਦੇ ਚਰਨਾਂ ਦੀ ਧੂੜ ਦੇ ਦਿਓ। ਇਹ ਮੰਗ ਮੰਗਦਾ ਹਾਂ ਕਿ ਤੇਰੇ ਪਿਆਰੇ ਸੰਤ ਫਕੀਰਾਂ ਦੇ ਚਰਨਾਂ ਦੀ ਧੂੜੀ ਮੈਨੂੰ ਮਿਲ ਜਾਵੇ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਵਾਂਛੈ। ਇਹ ਵੱਡਾ ਸੁਖ ਤੇ ਆਨੰਦ ਹੈ, ਤੇਰੇ ਜਨਾਂ ਦੇ ਚਰਨਾਂ ਦੀ ਧੂੜੀ ਨਸੀਬ ਹੋ ਜਾਵੇ। ਗੌੜੀ ਮਹਲਾ ਪੰਜੋਵਾ, ਖਾਤਾ ਕੈ ਬਲਿਹਾਰੀ, ਜਾ ਕੇ ਕੇਵਲ ਨਾਮ ਅਧਾਰੀਆ। ਜੋ ਇੱਕ ਨਾਮ ਦਾ ਕੀ ਆਸਰਾ ਕਰਨ ਵਾਲੇ, ਮੈਂ ਤਿੰਨਾਂ ਦੇ ਬਲਿਹਾਰ ਕੁਰਬਾਨ ਜਾਂਦਾ ਰਹਿੰਦਾ। ਮੈਂ ਮਾਤਾ ਕੀ ਕੇਤ ਗਗਨੀ ਹੈ, ਜਨ ਪਾਰ ਬ੍ਰਹਮ ਰੰਗ ਰਾਤੇ। ਜੋ ਪੁਰਸ਼ ਪਾਰ ਬ੍ਰਹਮ ਦੇ ਪ੍ਰੇਮ ਵਿੱਚ ਰੱਤੇ ਨੇ ਰੰਗੇ ਨੇ, ਤਿੰਨਾਂ ਦੀ ਮਹਿਮਾ ਕਿਤਨੀ ਕੁ ਗਿਣੀਏ, ਬੇਅੰਤ ਮਹਿਮਾ ਹੈ ਪਿਆਰੀ ਵਾਲੀ। ਸੁਖ ਸਹਿਜ ਆਨੰਦ ਤਿੰਨਾ ਸੰਗ, ਉਨ ਸਮਸਰ ਅਵਰ ਨਾ ਦਾਤੇ। ਆਤਮ ਸੁਖ ਲੋਕਕ ਸੁਖ ਤਿੰਨਾਂ ਦੇ ਹੀ ਸੰਗ ਕਰਕੇ ਮਿਲ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਜਿਤਨੇ ਦਾਤਾਰ ਨੇ ਉਹਨਾਂ ਨੂੰ ਤੁਲ ਕੋਈ ਨਹੀਂ, ਬੜੇ ਦਾਤੇ ਨੇ। ਉਨ ਸੰਸਰ ਅਵਰ ਨਾ ਦਾਤੇ, ਜਗਤ ਉਦਾਰਣ ਸੇ ਜੋ ਜਨ ਦਰਸ ਪਿਆਸਾ। ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ, ਜੋ ਸੰਤ ਜਨ ਪਰਮੇਸ਼ਵਰ ਦੇ ਦਰਸ਼ਨ ਦੀ ਚਾਹ ਵਾਲੇ ਨੇ, ਉਸ ਵਕਤ ਗੁਰੂ ਪਰਮੇਸ਼ਵਰ ਨੂੰ ਮਿਲੇ ਹੋਏ ਨੇ, ਉਹ ਜਗਤ ਦੇ ਉਧਾਰ ਕਰਨ ਨੂੰ ਆਏ ਨੇ। ਕਿਉਂਕਿ ਆਪ ਮਿਲੇ ਕੋਈ ਉਹ ਮਿਲਾਵਣ ਹੀ ਆਏ ਨੇ। ਧੰਨ 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 ਜਾਣੇ ਆਇਆ, ਜਿਸ ਪਰ ਸੌਦ ਸਭ ਜਗਤ ਤਰਾਇਆ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਜਗਤ ਤਰ ਜਾਂਦਾ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਕਿਉਂਕਿ ਸੰਗ ਸਾਧੂ ਦਾ ਪਰਮੇਸ਼ਰ ਚਿਤ ਆਉਂਦਾ ਹੈ। ਮਨੁੱਖ ਸੁਤੇ ਜਪਦਾ ਹੈ ਕਿ ਜਪਣਾ ਹੈ, ਕਿਉਂਕਿ ਜਪਣ ਵਾਲੇ ਦੀ ਸੰਗਤ ਵਿੱਚ ਆ ਗਿਆ। ਪਾਤਸ਼ਾਹ ਫਰਮਾਉਂਦੇ
जगत उदाहरण से ही आए, वो जगत नूं उतारन लई रब दे जन इस मात लोक ते आउंदे ने, जिवें धन धन बाबा आनंद सिंह महाराज जी आए। जो जन दरस प्यासा जिन्हां नूं परमेश्वर दे दर्शन दी ही अभिलाखा चाह, उनकी सरण पड़ै सो तरिया, संत संग पूरन आसा। पातशाह फरमाउंदे ने जो उन्हां दी शरण विच पै गया वह तर गया प्यारे, क्योंकि संतां दी शरण संतां दी सोभ तों तरिया, संतां दे संग ही आसा पूर्ण हुंदे, क्योंकि संत रब दे प्यारे जन ने। संत राम है एको, संत ते राम एक ने दो, कहो कबीर मैं सो गुर पाया जाका नाम वेको। कबीर सेवा को दोए भले एक संत एक राम, राम जो दाता मुकत को संत जपावे, क्योंकि राम विदा प्रभु भगति दाता। ओ संत रब दे जन प्यारे जपदे ने जपाउंदे ने। पातशाह फरमाउंदे ने उनकी शरण परै सो तरिया, जो भी शरण विच पै गया पुन्नी पापी पै गया, उतर गया। संत संग पूरन आसा, संतां दा संग करिया प्यारी ओ आसा भी पूरन हो जांदी। ਤਾਂ ਕੈ ਚਰਨ ਪਰੋਤਾ ਜੀਵਾ, ਜਨ ਕੈ ਸੰਗ ਨਿਹਾਲਾ। ਤਿੰਨ ਸੰਤ ਜਨਾਂ ਦੇ ਚਰਨਾਂ ਵਿੱਚ ਪੈ ਜਾਵੋ, ਚੰਡ ਪਾਸੋ ਸਾਧੂ ਦੇ ਤੋ ਹੀ ਜੀਵਾਂਗਾ, ਉਹ ਦਸਾਂ ਦੀ ਸੰਗ ਕਰਕੇ ਹੀ ਨਿਹਾਲ ਹੋ ਜਾਈਗਾ। ਭਗਤਨ ਕੀ ਰੇਣ ਹੋਏ ਮਨ ਮੇਰਾ, ਹੋ ਪ੍ਰਭੂ ਕਿਰਪਾਲਾ। ਪਾਤਸ਼ਾਹ ਫਰਮਾਉਂਦੇ ਨੇ ਤਾਂ ਮੇਰਾ ਮਨ ਭਗਤਾਂ ਦੀ ਰੇਣ ਹੋ ਜਾਵੇ, ਤਾਂ ਜਬ ਪ੍ਰਭੂ ਦਿਆਲ ਰਾਜ ਆਦਿ ਕਿਉਂ ਨਾ ਮੰਗੇ। ਬੇਨਤੀ ਕੀਤੀ ਕਿ ਰਾਜ ਭਾਗ ਕਿਉਂ ਨਾ ਮੰਗੇ। ਪਾਤਸ਼ਾਹ ਫਰਮਾਉਂਦੇ ਨੇ ਰਾਜ ਜੋਬਨ ਅਬਦ ਜੋਦੀ ਸੈ, ਸਭ ਕਿਛ ਜੁਗ ਮੈਂ ਘਟਿਆ। ਰਾਜ ਭਾਗ ਤੇ ਜੋਬਨ ਦੀ ਅਵਸਥਾ ਜੋ ਆਪਾਂ ਦੇਖਦੇ ਹਾਂ ਤੱਕਦੇ ਹਾਂ, ਸਤਿਗੁਰੂ ਫਰਮਾਉਂਦੇ ਨੇ ਰਾਜ ਜੋਬਨ ਅਬਦ ਜੋਦੀ ਸੈ, ਸਭ ਕਿਛ ਜੁਗ ਮੈਂ ਘਟਿਆ। ਇਹ ਸਭ ਪਦਾਰਥ ਸਰਬ ਯੁੱਗਾਂ ਵਿੱਚ ਘਟੇ ਨੇ, ਸਾਰੇ ਪਦਾਰਥ ਘਟੇ। ਨਾ ਸਰੂਪ ਨੇ ਰਾਜ ਭਾਗ ਸਰੀ ਵੀ ਨਹੀਂ ਰਹਿੰਦਾ, ਇਹ ਜੋਬਨ ਅਵਸਥਾ ਸਰੀ ਵੀ ਨਹੀਂ ਰਹਿੰਦੀ। ਜਵਾਨੀ ਗਈ ਵਡੇਪਾ ਆਇਆ, ਜਵਾਨੀ ਚਲੀ ਜਾਵੇਗੀ, ਰਾਜ ਭਾਗ ਵੀ ਚਲਾ ਜਾਵੇਗਾ, ਇਹ ਸਰੀ ਵੀ ਨਹੀਂ ਰਹਿਣਾ। ਸਤਿਗੁਰੂ ਫਰਮਾਉਂਦੇ ਇਹਨਾਂ ਦਾ ਕਿਆ ਮੰਗਣਾ। ਪਾਤਸ਼ਾਹ ਫਰਮਾਉਂਦੇ ਨੇ ਰਾਜ ਭਾਗ ਜੋਬਨ ਅਵਸਥਾ ਦਾ ਕਿਆ ਮੰਗਣਾ, ਇਹ ਤਾਂ ਸਦੀਵੀ ਰਹਿਣ ਵਾਲੇ ਨੇ। ਰਾਜ ਜੋਬਨ ਅਬਦ ਜੋ ਦੀਸੈ, ਸਭ ਕਿਛ ਯੁਗ ਮੈਂ ਘਟਿਆ। ਇਹ ਨਹੀਂ ਕਿ ਕਲ ਯੁਗ ਦੇ ਯੁਗ ਵਿੱਚ, ਸਭ ਯੁਗਾਂ ਵਿੱਚ ਗਈ, ਸਤ ਯੁਗ ਤ੍ਰੇਤਾ ਦੁਆਪਰ ਕਲਯੁਗ। ਇਹ ਨਾਸ ਰੂਪ ਨੇ ਵੱਡੇ ਵੱਡੇ ਰਾਜੇ ਮਹਾਰਾਜੇ, ਕੌਲੂ ਬਾਦਸ਼ਾਹ ਵਰਗੇ, ਰਾਵਣ ਵਰਗੇ, ਸਿਕੰਦਰ ਬਾਦਸ਼ਾਹ ਵਰਗੇ ਮਹਾਨ ਰਾਜੇ ਹੋਏ, ਸਭ ਇਸ ਜਗਤ ਤੋਂ ਕੂਚ ਕਰ ਗਏ, ਰਾਖ ਵਿੱਚ ਮਿਲ ਗਏ, ਸਦੀਵੀ ਨਹੀਂ ਕੋਈ। ਪਾਤਸ਼ਾਹ ਫਰਮਾਉਂਦੇ ਨਾਮਨ ਦਾਨ ਸਤ ਨਾਵਤਨ ਨਿਰਮਲ, ਇਹੋ ਨਾਨਕ ਹਰ ਧਨ ਖਾਟਿਆ। ਨਾਮ ਰੂਪੀ ਖਜ਼ਾਨਾ ਜੋ ਹਮੇਸ਼ਾ ਕੀ ਸਦੀਵੀ,
सारे जुगां विच एक रस निर्मल है, नाम दा रस, नाम दा खजाना। भावे सतयुग दा युग सी, त्रेता युग आया, फिर दुआपरे आया, हुण कल युग। एक रस निर्मल है नाम परमेश्वर, कैसा नाम जिस नाम नाम सरवण करे मनुख अमर हो जाता। इस अमोलक जन्म का लाहा ले लेता पातशाह फरमाते हैं असी परमेश्वर दे नाम रूपी धन नू खटिया है। एहो नानक हार धन खाटिया, ये सच्चा धन खटिया है प्यारे। ये धन दुनियावी धन खुटिया जावे पर एक कैसा धन है नाम दा। सतगुरु गुरु अमरदास महाराज जी भी फरमाउंदे ने एहो धन अखुट नान खुट ना जाए। पूरे सतगुर दिया दिखाए, पूरे गुरु ने मैंने बख्शिया नाम दा धन। क्योंकि रब दे जना ने प्यारियो फिर वणज ही नाम दा कीता। किन ही बणदे आ कंसी तांबा, किन ही लौंग सुपारी, संतो बणदे आ नाम गोविंद कैसी खेप सवारी। वणज नाम दा खटिया नाम दा, ओ बेमोह दा बेपरवाह जगत विच विचरदे ने रब दे जन प्यारे फकीर संत भगत। एक जोगी ने गुरु अर्जुन देव महाराज जी अगे अर्ज गुजारी बेनती की, पातशाह नू वचन कहे सचे पातशाह जी आप जोग धारण कर लो। सतगुरु पातशाह वचन कह लगे हे जोगी जी असी तो पहला ही जोगी। कैसे जोगी अंतरीव जोग दिखाते हुए पातशाह ने पावन बाणी उचारी। उस जोगी नू आखे असी तो पहला ही जोगी, हो जोग की धारना है। पावन बाणी उचार के सतगुरु वचन कह लगे गौड़ी महला पंजो जोग जुगत सुन आयो गुरत बोको सतगुर शब्द बुझायो। पातशाह कहन लगे हे जोगी जोग दी मर्यादा मैं गुरु तो सुन के परमेश्वर की शरण विच आया हाँ। जोग की मर्यादा सुन के मैं परमेश्वर की शरण विच आया हाँ। मैनू सतगुरु ने उपदेश दे के समझाया, सूझी दिती। जोगी कहन लगा सतगुरु तुसा ने क्या समझिया मैनू भी दसो। पातशाह कहन लगे नौ खंड प्रथमी इस तन में रवया नेमक नेमक नमस्कार। नौ खंड प्रथमी इस तन में रवया नेमक नेमक नमस्कार, जो सदा नवी और खंडा वाली पृथ्वी विच पूर्ण है। नवा खंडा वाली सातों दीपां विच सोई इस हमारे तन विच व्यापिया होया। ऐसे बूझ के समझ के निमक निमक काल विच नमस्कार करदे हां उस प्रभु नूं। दीखिया गुर की मुंदरा कानी रेड़ियो एक निरंकार। दिखिया गुर की मुंदरा कानी दृढ़ियो एक निरंकार। जो गुरु दी सिखिया सरवण कीती जोगी सुनी यही कन्ना विच मैं मुंदरा पहनिया ने गुरु अर्जन देव महाराज जी कहते। वो सिखिया केड़ी है? पातशाह कहन लगे जोगी जिस सिखिया करके एक अकाल से रहित परमेश्वर नू नहिचे कीता जिसका कोई आकार ही नहीं।
ऐसी सिखिया गुरु दी, ऐसा उपदेश समर्थ गुरु दा जिसका आकार नहीं, नेचा करना भी बड़ा कठिन है। पर देखते हाँ नेचा करते जिसका आकार नेचा करना भी कठिन है। जो अकाल तो रहत एक परमात्मा विदा वाहे गुरु राका, क्योंकि निर्गुण द्वी उसका ही रूप है, सदगुण विच भी आप है, पर निर्गुण विच कोई चहन चक्कर नहीं परमेश्वर का। पातशाह कहन लगे जोगी एक अकाल तो रहत परमेश्वर नू नेचे कर लिया। जोगी मन गया, फिर कहन लगा सतगुरु ऐसे जोगी दे जो सेव ले के ले ने, ओ भी तुसी दसो ले हुंदे ने जोगी ये ले जोगी दे के ले ने। ये पुछे आ जोगी ने गुरु अर्जुन देव महाराज जी ने सवाल किया। पातशाह कहन लगे पांच चेले मिल भए एकतरा एक सके बस किए। पातशाह कहन लगे पांच चेले मिल भए एकतरा एक सके बस किए। पांच केड़े ने काम क्रोध लोभ अहंकार, ये पंजे वकार जो सो एकत्र मर्यादा विच लिया कि एक शुद्ध मन दे वस विच कर दिंदे। पांच चेले मिल भए एकतरा एक सके बस किए, एक शुद्ध मन दे वस दे यही चेले मिलदे पए ने। पातशाह कहन लगे दस बैरागन आग्याकारी तब निर्मल जोगी थिए। जब से दस इंद्रियां आग्याकारी अपने अपने अधीन कर दिया, अपने अधीन कर दिया तब तो निर्मल जोगी हो गए। इंद्रियां नु वैरागी इस करके कहा जैसे वैरागवान पुरुष एक जगह ठहरदा नहीं जो वैरागी होता है परमदा रहता है, तैसे ही इंद्रिय विषयां विच सदीवी प्यारी हो परम दे रहते हैं। परम जराए चराई बेपूत पंत एक कर पेखियो। पंच प्रकार का परम जला के बेपूत का चढ़ावना किया जो जोगी बेपूती लाते हैं। बेनती की अर्ज की उस जोगी ने कहन लगा सतगुरु जोगिया के बारह पंथा विच आप दा केड़ा पंथ है, क्योंकि बारह पंथ ने जोगी बारह पंथा विचों तुहाडा पंथ केड़ा है फिर ये भी दसो। पातशाह कहन लगे पंथ एक कर पेखिया, ये जोगी जो सबना विच एक देखना है देखना है सपना विच एक करके देखना यही साडा पंथ है। फिर बेनती की सतगुरु जोगिया के भुगत वरत देखा इथे केड़ी वरत दी है ये भी दसो। पातशाह कहन लगे सहज सुख सो की नी भुगत जो ठाकुर मस्तक लिखिया। जो आत्म सुख है सोई रसोई करी है भगत सोई नूं कहिंदे ने। पातशाह अगे कहन लगा जोगी सतगुरु इसका भाग कितना के आउंदा है। जो परमेश्वर ने मस्तक विच लिखिया जो ठाकुर मस्तक लिखिया सो प्राप्त अवश्य होना। जो लिखिया है मस्तक यो जान के तृष्णा ना करनी यही शानदार है। फिर जोगी कहन लगा सतगुरु आसन केड़ा है ये भी दसो। जय पाओ नाही आसन बांधो सिंगी अनहत बानी। जिस वेखे प्राप्त होने करके जन्म ते मरण दा डर नहीं रहिंदा तिस ब्रह्म विच आसन बंधिया अस्थिति पाई। जोगियां दे पास सिंगी हुंदी है जो भोजन छकण काल विचों बजा लैंदे ने जदों भोजन छकदे ने।
ਤੁਹਾਡੇ ਪਾਸ ਕਿਹੜੀ ਸਿੰਘੀ ਹੈ ਪਾਤਸ਼ਾਹ ਨੂੰ ਜੋਗੀ ਨੇ ਸਵਾਲ ਕੀਤਾ ਸਤਿਗੁਰੂ ਕਹਿਣ ਲੱਗੇ ਅੰਤ ਸੇ ਰਹਿਤ ਪਰਮੇਸ਼ਰ ਦਾ ਨਾਮ ਜੋ ਬਾਣੀ ਕਰਕੇ ਉਚਾਰਨ ਕਰਨਾ ਇਹੀ ਸਿੰਘੀ ਹੈ ਫਿਰ ਬੇਨਤੀ ਕੀਤੀ ਜੋਗੀ ਨੇ ਸਤਿਗੁਰੂ ਡੰਡਾ ਕਿਹੜਾ ਹੈ ਪਾਤਸ਼ਾਹ ਫਰਮਾਉਂਦੇ ਨੇ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਜੋ ਮਨ ਵਿੱਚ ਸਤ ਤੇ ਅਸਤ ਦਾ ਵਿਚਾਰ ਕਰਨਾ ਮਨ ਸਤ ਤੇ ਅਸਤ ਸੋ ਹੱਥ ਵਿੱਚ ਸੋਟਾ ਰੱਖਿਆ ਹੈ ਪਿਆਰਿਆ ਨਾਮ ਜਪਣੇ ਦੀ ਮਰਿਆਦਾ ਵਧਾ ਮਨ ਵਿੱਚ ਭਾਈ ਐਸਾ ਜੋਗੀ ਵੱਡ ਭਾਗੀ ਭੇਟ ਮਾਇਆ ਕੇ ਬੰਧਨ ਕਾਟੈ ਸਤਿਗੁਰੂ ਫਰਮਾਉਂਦੇ ਨੇ ਐਸਾ ਜੋਗੀ ਸਤਿਗੁਰੂ ਜਿਸ ਦੀ ਕਿਰਪਾ ਤੇ ਜੋਗ ਪ੍ਰਾਪਤ ਹੋਇਆ ਮਿਲਿਆ ਉਹ ਵੱਡਿਆਂ ਪੁੰਨਾਂ ਭਾਗਾਂ ਕਰਕੇ ਮਿਲਦਾ ਜੋ ਮਾਇਕ ਬੰਧਨ ਅਗਿਆਨ ਜਿਸ ਨੂੰ ਕੱਟਦਾ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚਾਟੈ ਤਿਸ ਜੋਗੀ ਦੀ ਮੂਰਤ ਦੀ ਸੇਵਾ ਤੇ ਪੂਜਾ ਕਰੋ ਪਿਆਰੇ ਐਸੇ ਜੋਗੀ ਜਿਸ ਦੇ ਚਰਨਾਂ ਨੂੰ ਜਿਹਵਾ ਕਰਕੇ ਚਟਣਾ ਕਰਾਂ ਐਸਾ ਜੋਗੀ ਪਰਮੇਸ਼ਰ ਦਾ ਰੂਪ ਹੈ ਗੌੜੀ ਮਹਲਾ ਪੰਜੋਵਾਂ ਅਨੂਪ ਪਦਾਰਤ ਨਾਮ ਸੁਣੋ ਸਗਲ ਧਿਆਇਲੇ ਮੀਤਾ ਖਾਰੇ ਔਖਦ ਜਾ ਕੋ ਗੁਰ ਦੀਆ ਤਾਂ ਕਿ ਨਿਰਮਲ ਚੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਬੜੇ ਪਿਆਰ ਨਾਲ ਸਤਿਗੁਰੂ ਬਚਨ ਕਹਿੰਦੇ ਨੇ ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਏ ਲੈ ਵੀਤਾ ਹੇ ਬਿਤਰਾ ਉਪਮਾ ਤੋਂ ਉਪਮਾ ਸੇ ਰਹਿਤਾ ਜਿਸ ਦੇ ਤੁਲ ਕੁਝ ਖਾਈ ਐਸਾ ਪਦਾਰਥ ਕਿਹੜਾ ਇੱਕ ਪਰਮੇਸ਼ਰ ਦਾ ਨਾਮ ਹੈ ਪਿਆਰਿਆ ਹੇ ਮਿੱਤਰੋ ਉਪਮਾ ਸੇ ਰਹਿਤਾ ਜੇ ਤੁਲ ਕੁਝ ਨਹੀਂ ਐਸਾ ਪਦਾਰਥ ਨਾਮ ਪਰਮੇਸ਼ਰ ਦਾ ਇਹਨੂੰ ਸਰਵਣ ਕਰੋ ਸੁਣੋ ਸਾਰੇ ਹੀ ਤਿਸ ਦਾ ਧਿਆਵਣਾ ਕਰੋ ਜਪੋ ਨਾਮ ਨੂੰ ਕਿਉਂਕਿ ਜਿਸ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮ ਰੂਪ ਔਖਤ ਦਿੱਤੀ ਤੇ ਇਹਦੇ ਅੰਤ ਹੈ ਘੱਟ ਪਿਆਰੀ ਉਹ ਨਿਰਮਲ ਹੋ ਗਏ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਤੇ ਮਨ ਤੋਂ ਗੁਰੂ ਨੇ ਉਪਦੇਸ਼ ਕਰਕੇ ਗਿਆਨ ਰੂਪ ਦੀਪਕ ਪ੍ਰਕਾਸ਼ਿਆ ਤੇ ਸੂਖਮ ਸਰੀਰ ਅੰਤਹਿਕਰਨ ਵਿੱਚ ਅਗਿਆਨ ਰੂਪੀ ਅੰਧੇਰਾ ਨਿਵਿਰਤ ਹੋ ਗਿਆ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਬਿਸਵਾਸਾ ਜਿਸਨੂੰ ਸਤਸੰਗ ਕਰਕੇ ਆਪਣੇ ਸਰੂਪ ਵਿੱਚ ਨਿਹਚਾ ਕੀਤਾ ਐਸਾ ਨਿਹਚਾ ਹੋਇਆ ਦੀ ਭਰਮ ਰੂਪ ਜਾਲੀ ਕੱਟੀ ਤਾਰੀ ਲੇ ਭਵ ਜਲ ਤਾਰੂ ਵਿਖੜਾ ਬਹੁਤ ਸਾਧੂ ਸੰਗਾ ਸਤਿਗੁਰੂ ਫਰਮਾਉਂਦੇ ਨੇ ਜਿਸ ਸੰਸਾਰ ਸਮੁੰਦਰ ਦਾ ਤਰਨਾ ਕੱਟਣ ਹੈ ਬੜਾ ਔਖਾ ਹੈ ਸੋ ਤਾਰਨੇ ਦੀ ਵਿਦਿਆ ਜਾਣਨੇ ਵਾਲਿਆਂ ਨੇ ਤਾਰ ਲਿਆ ਕਿਵੇਂ ਤਾਰਿਆ ਭਾਵ ਸੰਤਾਂ ਦੇ ਸੰਗ ਗਿਆਨ ਰੂਪੀ ਜਹਾਜ਼ ਦੇ ਕੇ ਤਾਰਿਆ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਵਰ ਰੰਗਾ ਜਬ ਵਾਂਗੇ ਗੁਰੂ ਦੇ ਆਨੰਦ ਵਾਲਾ ਆਤਮ ਨੰਦੀ ਸਮਰੱਥ ਗੁਰੂ ਮਿਲ ਗਿਆ ਬ੍ਰਹਿਮ ਸਰੋਤਰੀ ਬ੍ਰਹਿਮ ਨੇਟੀ ਗੁਰੂ ਦਾ ਮੇਲ ਹੋਇਆ ਤਾਂ ਮਨ ਦੀ ਜੋ ਆਸਾ ਸਮਾਪਤ ਹੋ ਗਈ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਆਗਾ
जिन भगतां ने नाम रूपी खजाना पा लिया सो मन करके प्यारी ओ तृप्त हो गए तन करके रज गए। नानक हर जियो ताको देवै जाको हुकुम मनाए। संतो मेरा वाहि गुरु परमेश्वर नाम दा खजाना तिसनू दिंदा है बख्शदा है प्यारियो जिसनू अपना हुक्म मनाउंदा उसनू फिर दाता भी दिंदा है। गौड़ी महला पंजोवा दया मया कर प्राण पत मोरे मोहे अनाथ शरण प्रभ तोरी अंध कूप में हाथ दे राखो कछु से आनप उकत न मोरी। सतगुरु गुरु अर्जुन देव महाराज जी उपासना का प्रकाश दिखाते हुए पावन उपदेश देंदे ने कि उस परवदगार अगे इस तरह बेनती अरदास करो दया मया कर प्राण पत मोरे मोहि अनाथ सरण प्रभ तोरी हे दया स्वरूप गुरु नानक मेरे प्राण पति हे प्रभु मैं गरीब हाँ तेरी शरण विच आया कृपा कर। क्या कृपा करा संसार रूपी उजाड़ दे कूह विच पड़दे नूं कृपा रूपी खत दे के सतगुरु रख लो जे कहे अपनी चतराई नाल बच। फिर पातशाह कहिंदे ने कछु सियाणप उकत न मोरी प्रभु कुछ चतराई सियाणप बाणी दी बकतबता मेरी कोई नहीं मैं ता तुछ खां तेरी शरण विच आया खां अंधकूप मैं घात दे राखो कछु सियाण मुकत न मोरी। करन करावन सब किछ तुम ही तुम समरथ नाही अनहोई हे मेरे गुरु नानक। करने करावन वाला सब कुछ आप ही तो समर्थ क्योंकि सच है प्यारे कारण कारण प्रभु एक ही है कोई दूसरा सबना गला समर्थ स्वामी सबना गला कण जोग मेरा गुरु नानक समर्थ है सो क्यों मनोह सारे क्यों भुलाना क्यों ना पांच पिए हे प्रभु तू समर्थ मालिक करण करावण वाला किसी और स्थान विच तेरे सब कोई दूजा है ही नहीं क्योंकि तू आप जगत दा करता है तेरे हुक्म दे विच सारा जगत है कुल कायनात है तू ऐसा मान इस सारा जगत संसार स्वतंत्र नहीं है पतंत्र है तेरे अधीन है तू सर्वोत्त मुख मालिक है। सतगुरु फरमाते ने तुम्हारी गत मैं तुम ही जानी से सेवक जिन भाग मथोरी हे प्रभु तेरी गति वित मर्यादा तुमने ही जानी और दास उही जिसके मस्तक विच भाग ने पुन ने अपने सेवक संग तुम प्रभ राते ओत पोत भगतन संग जोरी हे प्रभु अपनी सेवक दे साथ तुसी ताने पेटे बतरते हुए हो तिन भगतां दे साथ प्रीति लाई भावे के भगत परमेश्वर संग परमेश्वर भगतां दे संग परस्पर प्रीति कर रहे क्योंकि सतगुरां दे वचन दी संत कै संग वसै दिन रात गुरु नानक दिन ते रात वसदा किन्हां दे संग अपणियां संतां भगतां दे ओ भगत जन तेरे तू भगत भगतां दी प्रीति वे दृष्टांत फरमाउंदे नी पातशाह प्रेओ प्रेओ नाम तेरा दर्शन चाख जैसे दृढ़ ओ चंद चकोरी
पपीहे मत प्रियो प्रियो कहते ने तेरे प्यारे प्रभु दर्शन की इच्छा वास्ते तेरा नाम जपते ने आवादत तेरी करते ध्यान कैसे करते ने जिस प्रकार चकोर चकोरी चंद्रमा बच दृष्टि लाए रहते चकोर ते चकोरी तैसे वो भगत जन प्रभु तेरे विच प्रीति करते ने राम संत मह भेद किशना एक जन कई मह लाख करोड़ी गुरु अर्जन देव महाराज जी फरमाते ने राम संत मह भेद किशना ही एक जन कई मह लाख करोड़ी हे राम हे मेरे परम पिता वाहे गुरु परमेश्वर जिस संत दा भेद तेरे तो कुछ भी नहीं अभेद है ओ संत तेरा भगत फकीर ऐसा जन कई लखां करोड़ां विचों इक है राम संत मह भेद किस नाहीं एक जन कई मह लाख करोड़ लखां करोड़ां विचों कोई एक है तेरा प्यारा बेनती की पातशाह के सतगुरु जो करोड़ां विचों एक तुसां ने आखिया वो संत भगत करोड़ां विचों एक है तेरा चेहन कैसा है वो भी दसो किवें मिला उस तेरे प्यारे जन नू जो मिलिया है तेरे नाल जो करोड़ां विचों एक तिसदा चेहन कैसा है पातशाह बयान करदे ने उपदेश दिंदे ने जा कहिए है प्रगट प्रभ होआ अन दिन कीर्तन रसन रमोरी गुरु अर्जुन देव महाराज जी कहन लगे प्यारिया जा कहिए है प्रगट प्रभ होआ अन दिन कीर्तन रसन रमोरी जिसके हिरदे विच के प्रभु तू सजतकार रात दिन तेरा जस जिहवा करके रमण करता गुण गाउंदा तेरे सो कोई एक है एक जन कई मैं लाख करोड़ तुम समरथ अपार अत ऊचे सुख दाते प्रभ प्राण अधोरी हे मेरे प्रभु हे मेरे वाहेगुरु तू समरथ मालिक अपार अति ऊंचा समरथ है मेरा मालिक सुखां दा दाता प्राणा दा आसरा है तुम समरथ अपार अति ऊंचे सुख दाते प्रभ प्राण अधोरी नानक को प्रभ की जय कृपा उन संतन के संग संगोरी मेरी ती कृपा कर मैं उन संतां दे संग मिल रखा तेरिया जना दी संगत करा पातशाह ई बख्शिश कर नानक को प्रभ की जय कृपा उन संतन के संग संगोरी मैं तेरिया ऐसे जना नू मिला जो तेरे नाल मिलिया ई कृपा कर क्योंकि तेरी कृपा तो बिना तेरा प्यारा नहीं मिलता कृपा करो दीन के दाते मेरा गुण अवगण ना भी जारो कोई माटी का क्या तो पै स्वामी मानस की गति गौड़ी महला पंजोबा तुम हर सेती राते संतो नवाहे ले हो मो को पुरख बदाते ओड़ पहुंचावो दाते सतगुरु पातशाह गुरु अर्जुन देव महाराज जी सिंघासन ते बैठे ने विराजमान ने सतगुरु पातशाह के संगत आई दर्शन ददार कीती और बेनती कीती संगत ने बेनती की पातशाह उधार होने का प्रकार पुछा कि साडा किवें उधार हो रहा
पातशाह ने पावन उपदेश बख्शिया कि भाई नवाही ले हो मोको पुरख वधाते ओड़ पहुंचाव हो दाते तुम हर सेती राते संत हो। पातशाह फरमाउन लगे कहन लगे हे संतो तुसी हरी दे साथ रहते हो मेनू भी नवाज़ो सिरे वधाते पुरख परमेश्वर रूप मेनू पहुंचावो नाम दे देने वाले आप रब दे जना संतां दी संगत करो। इस तरह बेनती करो पातशाह फरमाते तुमरा मरम तुमाही जानिया तुम पूरन पुरख वधाते तेरा भेद तुसा नहीं जाने जे कहे साडा भेद क्यों नहीं जान सकते तुसी पूरन पुरख वधाते दा स्वरूप हो तुसी क्या चाहते हो। पातशाह फरमाते राखो शरण अनाथ दीन को करो हमारी गात मुझ दीन अनाथ नु अपनी शरण विच रख लवो। पातशाह मेरी गति करो सी गति किसे किवें करिए तरण सागर बोहत चरण तुम्हारे तुम जानो अपनी बात संसार रूप समुद्र दे तड़े नु तोड़े चरण पातशाह जहाज रूप अपनी उपलगत पराई अपनी पराई प्रकाल नु तुसी जान पावे के आप आत्म अनात्म दे विवेकी हो कर कृपा जिस राखो संगे तेते पार उपराते जिस जिस नु कृपा करके अपने संग रख दे सो सो पुरुष संसार समुद्र तो पार हो गए। ईत यूत प्रभ तुम समरथा सब किश तुम रहत इस लोक पर लोक विच हे प्रभु तुसी संतो प्रभु रूप संत तुसी ही समरथा दे धन वाले सब कुछ धर्म अलत कामुक चार पदार्थ थोड़े हथ विच ने रब दे जनो संतो के जीवां नू तुहाडी कृपा करके मिल जांदे ईत यूत प्रभ तुम समरथा सब किश तुम रह क्योंकि संत ए रब दे प्यारे। गुरु अर्जन देव महाराज जी भी फरमाउंदे ने प्यारे ओ सेवा करियां चारे पदार्थ सुते मिल जांदे ने चार पदार्थ जे को मांगै साध जना की सेवा लागै क्योंकि वड़ियां बख्शिशां ऐसा निदान देहो मोको हर जन चले हमारे साथ ऐसा निदान देहो मोको हर जन चले हमारे साथ हे मेरे वाहे गुरु प्यारे हरि दे जनो संतो ऐसा खजाना नाम धन दा मेनू धन धन बाबा ईश्वर सिंह महाराज जी ने बख्शिया करनिया भाई नाम मांगना मांगन नीका हर जस गुर ते मांगना बिन तुद होर दे मंगना सिर दुखा के दुख देहो नाम संतोखिया उतरे मन की क्योंकि सारिया भुखा निवृत हो जाती ने जो नाम मिल जाए। पातशाह फरमाउंदे ने हरी दे जना तो नाम मंगो ऐसा निदान देहो मोको हर जन चले हमार ऐसा ये रब दे जनो ऐसा खजाना नाम धन मैनू दवो जो साढ़े साध परलोक विच भी नाल चले निर्गुण यारे को गुण कीजै हर नाम मेरा मन जापे ਕੁਝ ਨਿਰਗੁਣ ਯਾਰੇ ਕੋਈ ਵੀ ਗੁਣ ਨਹੀਂ ਪਾਤਸ਼ਾਹ ਗੁਣ ਸੰਯੁਗਤ ਕਰੋ ਮੇਰਾ ਮਨ ਪਰਮੇਸ਼ਵਰ ਦੇ ਨਾਮ ਨੂੰ ਜਪੇ ਸੰਤ ਪਰ ਸਾਧ ਨਾਨਕ ਹਰ ਭੇਟ ਮਨ ਤਨ ਸੀਤਲ ਤਰਾਪੇ
जब इस तरह बेनती की प्यारियो रब दे जना संता आगे तब संता ने कृपा करके परमेश्वर हरी नाल मिला दिता। जब हरी मिलया तब मन तन शीतल होया तृप्त होए ਤ੍ਰਿਸ਼ਨਾ ਤੋਂ ਰਹਿਤ ਹੋ ਗਏ ਕਿਉਂਕਿ ਪਰਮੇਸ਼ਰ ਮਿਲ ਗਿਆ। ਸੰਤਾਂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ। ਭਾਈ ਸਾਹਿਬ ਦੇ ਵੀ ਵਚਨ ਨੇ ਗੋਇਆ ਜੇ ਕਦੀ ਅੱਖ ਤੇਰੀ ਵੀ ਰੱਬ ਦੇਖਣਾ ਚਾਹੇ ਗੋਇਆ ਜੇਕਰ ਅੱਖ ਤੇਰੀ ਰੱਬ ਦੇਖਣਾ ਚਾਹੇ ਛੇਤੀ ਜਾ ਤੂੰ ਸੰਤਾਂ ਦੇ ਵੱਲ ਉਹ ਰੱਬ ਵਿਖਾਲਣੇ ਆਏ ਕਿਉਂਕਿ ਆਪ ਮਿਲੇ ਨੀ ਉਹ ਬੁਲਾਵਣ ਹੀ ਆਏ ਨੇ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ ਗੁਰ ਸ਼ਬਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। दुख भंजन गुणता हे संगी हे निरंकार हे निर्गुण सब ठीक हे गोविंद हे गुण निधान जाके सदा बबी